अजिहा की होया कि जो बजट है वह घट गया है, जो बजट घटिया उसके की कारण सीगे? अननेसेसरी खर्चे हैगे साडी कौंसल करदी, उहदे करके ये मेन रीज़न हैगा कि जिहड़ा साडा बजट इन्ना घट गया। ਤੁਹਾਨੂੰ ਕੀ ਲੱਗਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਅਜਿਹੇ ਖਰਚੇ ਜੋ ਕਰੋੜਾਂ ਰੁਪਏ ਦਾ ਬਜਟ ਹੈ ਕਰੋੜਾਂ ਦੀ ਫਿਗਰ ਦੇ ਵਿੱਚ ਘਟ ਗਿਆ ਹੈ? ਵੱਡੇ ਖਰਚੇ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਗਿਣਾਉਣਾ ਚਾਹੋ? ਸੋਰਸਿਸ, ਇਨਕਮ ਸੋਰਸਿਸ ਦੀ ਗੱਲ ਕਰੀਏ ਤਾਂ ਕਿਹੜੇ ਇਨਕਮ ਸੋਰਸਿਸ ਸੀਗੇ ਜਿਹਦੇ ਚੱਲਦੇ ਹੋਏ ਜੋ ਬਜਟ ਆ ਉਹ ਵੱਧਦਾ ਰਿਹਾ, ਅਤੇ ਇਸ ਵਾਰ ਕਿਹੜੇ ਕਿਹੜੇ ਖਰਚੇ ਹੈ ਜਿਨ੍ਹਾਂ ਕਰਕੇ ਘਟ ਗਿਆ? इसी तरह जे बजट घटता जाएगा तो शेयर कितने जाएगा? ने तीन इनोवाज जड़िया है तकरीबन 70 लाख के राउंड अबाउट वो इन्होंने लिया, जो कि साढ़े जड़े PCS IAS ऑफिसर्स होंगे उन्होंने ये लॉट होंगे है। GM साहब NFL दे हैगे और साडे सीनियर ऑफिसर साडे BBMB दे हैगे, उन्हां सब कुल मेरे ख्याल च 10 लाख दियां गड्डियां हैगियां जिहदे विच उह अपना सारा मतलब ऑफिशियल वर्क करदे। जिहड़ियां इन्हां कोल पहले गड्डियां सीगियां वह भी यूटिलाइज कीतियां जा सकदियां सीगियां, बट ये जस्ट फॉर द सेक ऑफ इंजॉयमेंट इन्होंने परचेज कीतियां हैगियां, होर तो कोई रीज़न नहीं हैगा इहदे पिछे। ਕਿਉਂਕਿ ਉਹਨਾਂ ਨੇ ਸਾਫ ਬੋਲਿਆ ਕਿ ਐਡਮਿਨਿਸਟ੍ਰੇਟਰ ਲੱਗਿਆ ਹੋਇਆ ਹੈ, ਉਸਨੇ ਬਜਟ ਬਣਾਇਆ, ਅਸੀਂ ਬਜਟ ਨਹੀਂ ਬਣਾਇਆ, ਸਾਨੂੰ ਇਸ ਬਾਰੇ ਨਹੀਂ ਪਤਾ, ਅਜਿਹਾ ਕਹਿ ਕੇ ਉਹਨਾਂ ਨੇ ਪੱਲਾ ਝਾੜ ਦਿੱਤਾ। ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਇੱਕ ਐਡਮਿਨਿਸਟ੍ਰੇਟਰ ਹੈ ਉਹ ਅਜਿਹਾ ਬਜਟ ਕਿਵੇਂ ਪਾਸ ਕਰ ਸਕਦਾ ਹੈ? ਕੀ ਬਜਟ ਘਟਿਆ ਹੈ ਤਾਂ ਚੇਅਰਮੈਨ ਜਾਂ ਹੋਰ ਜੋ ਕੌਂਸਲਰ ਹੈ ਜਾਂ ਕੀ ਕਰ ਸਕਦਾ? ਜਦੋਂ ਚੇਅਰਮੈਨ ਦੀ ਨਿਯੁਕਤੀ ਹੋਈ ਤਾਂ ਉਹਨਾਂ ਨੇ ਬੋਲਿਆ ਕਿ ਅਸੀਂ ਸਲਾਹ ਕਰਕੇ ਦੇਖਾਂਗੇ, ਜਦਕਿ ਮੈਜੋਰਟੀ ਦੇ ਵਿੱਚ ਉਹਨਾਂ ਦੀ ਕੌਂਸਲ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਦਾ ਜੋ ਜਵਾਬ ਹੈ ਕਿਵੇਂ ਦੱਸ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ TV ਤੇ, ਮੈਂ ਹਰਕੇਸ਼ ਸਿੰਘ ਰਾਣਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਗਰ ਕੌਂਸਲ ਨੰਗਲ ਦੇ ਬਜਟ ਦੀ। ਜੇ ਅਸੀਂ ਗੱਲ ਕਰੀਏ ਤਾਂ ਪਿਛਲੀ ਟਰਮ ਦੇ ਵਿੱਚ ਜੋ ਬਜਟ ਸੀ ਕਰੀਬ 108 ਤੋਂ 110 ਕਰੋੜ ਨਗਰ ਕੌਂਸਲ ਦਾ ਬਜਟ ਸੀ, ਪਰ ਜੋ ਇਸ ਵਾਰ ਘੱਟ ਕੇ 92 ਕਰੋੜ ਦੇ ਲਗਭਗ ਰਹਿ ਗਿਆ ਹੈ। ਅਜਿਹਾ ਕੀ ਹੋਇਆ ਕਿ ਜੋ ਬਜਟ ਹੈ ਉਹ ਘੱਟ ਗਿਆ ਹੈ, ਜੋ ਬਜਟ ਘਟਿਆ ਉਸਦੇ ਕੀ ਕਾਰਨ ਸੀਗੇ? ਗੱਲਬਾਤ ਕਰਾਂਗੇ, ਸਾਡੇ ਨਾਲ ਅੱਜ ਮੌਜੂਦ ਹੈ ਸ਼ਿਵਾਨੀ ਜਸਵਾਲ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਐਕਸ ਕੌਂਸਲਰ ਨੇ। ਮੈਮ, ਸਭ ਤੋਂ ਪਹਿਲਾਂ ਪੰਜਾਬ TV 'ਤੇ ਤੁਹਾਡਾ ਸਵਾਗਤ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਮੈਮ, ਜਾਣਨਾ ਚਾਹਾਂਗੇ ਨਗਰ ਕੌਂਸਲ ਨੰਗਲ ਇਹ ਕਲਾਸ ਕੌਂਸਲ ਹੈ ਜਿਸਦਾ ਬਜਟ ਬਹੁਤ ਜ਼ਿਆਦਾ ਹੈ, ਕਰੋੜਾਂ ਦੇ ਵਿੱਚ ਬਜਟ ਹੈ, ਹਰ ਸਾਲ ਬਜਟ ਵੱਧਦਾ ਹੀ ਹੈ ਨਾ ਕਿ ਘੱਟਦਾ, ਪਰ ਇਸ ਸਾਲ ਬਜਟ ਹੈ ਲਗਭਗ ਜੇ ਅਸੀਂ ਗੱਲ ਕਰੀਏ 18 ਤੋਂ 20 ਕਰੋੜ ਦੇ ਕਰੀਬ ਬਜਟ ਘੱਟ ਗਿਆ। ਕਿਵੇਂ ਦੇਖਦੇ ਹੋ ਤੁਸੀਂ ਅਜਿਹਾ, ਕੀ ਲੱਗਦਾ ਹੈ ਕਿ ਕੀ ਹੋਇਆ ਜੋ ਬਜਟ ਘਟਿਆ ਹੈ? ਸਰ, ਐਕਚੁਲੀ ਜਿਹੜੇ ਅਨਨੈਸੈਸਰੀ ਖਰਚੇ ਹੈਗੇ ਸਾਡੀ ਕੌਂਸਲ ਕਰਦੀ, ਉਹਦੇ ਕਰਕੇ ਇਹ ਮੇਨ ਰੀਜ਼ਨ ਹੈਗਾ ਕਿ ਜਿਹੜਾ ਸਾਡਾ ਬਜਟ ਇੰਨਾ ਘੱਟ ਗਿਆ, ਅਤੇ ਉਹ ਵੀ ਸਾਨੂੰ ਨਿਊਜ਼ ਪੇਪਰਸ ਤੁਹਾਡੇ ਰਾਹੀਂ ਪਤਾ ਲੱਗਦਾ ਕਿ ਸਾਡਾ ਜਿਹੜਾ ਬਜਟ ਹੈਗਾ ਉਹ ਇੰਨਾ ਘੱਟ ਚੁੱਕਾ। ਉਹ ਸਾਰੇ ਬਜਟ ਦੇ ਪੈਸੇ ਕਿਹਦੇ ਹੈਗੇ? ਆਮ ਲੋਕਾਂ ਦੇ, ਸਾਡੇ ਟੈਕਸਾਂ ਦੇ ਪੈਸੇ ਹੈਗੇ। ਕਿਹਨੂੰ ਲੌਸ ਹੋ ਰਿਹਾ? ਸਾਨੂੰ ਲੌਸ ਹੋ ਰਿਹਾ, ਉਹ ਸਾਡੇ ਸ਼ਹਿਰ ਨੂੰ ਲੌਸ ਹੋ ਰਿਹਾ, ਕਿਉਂਕਿ ਦੇਖੋ ਅਨਨੈਸੈਸਰੀ ਚੀਜ਼ਾਂ, ਜਿੱਦਾਂ ਤੁਸੀਂ ਫੋਰ ਐਗਜ਼ਾਮਪਲ ਲੈ ਲਓ ਮਾਸਕ ਲਾਈਟਸ ਦੀ, ਲੈ ਲਓ ਮਾਸਕ ਲਾਈਟਸ ਸਾਡੇ ਸ਼ਹਿਰ ਵਿੱਚ 150 ਦੇ ਕਰੀਬ ਮਾਸਕ ਲਾਈਟਸ ਲੱਗੀਆਂ ਹੋਣੀਆਂ, ਜਿਹਦੀ ਕਿ ਕੋਈ ਵੀ ਜ਼ਰੂਰਤ ਨਹੀਂ ਹੈ। ਲੋਕ ਈਵਨ ਡਿਨਾਈ ਕਰਦੇ ਕਿ ਅਸੀਂ ਇਹ ਮਾਸਕ ਲਾਈਟ ਇੱਥੇ ਨਹੀਂ ਲਗਵਾਉਣੀ, ਫਿਰ ਵੀ ਇਹ ਜ਼ਿੱਦ ਕਰਕੇ ਲਗਵਾਉਂਦੇ। ਉਹ ਤਾਂ ਕੋਈ ਹੈ ਜਿਹੜਾ ਵਿਚਾਰਾ ਕਹੇ, ਕਿਹੜਾ ਜਿਹੜਾ ਸਟੈਂਡ ਲੈ ਲਏ ਕਿ ਹਾਂ ਅਸੀਂ ਇਹ ਮਾਸਕ ਲਾਈਟ ਇੱਥੇ ਨਹੀਂ ਲਗਵਾਉਣੀ, ਬਟ ਇਹ ਲੋਕਾਂ 'ਤੇ ਥੋਪਦੇ ਹੈ। ਮਤਲਬ ਇਹ ਮੇਨ ਰੀਜ਼ਨ ਹੈਗਾ। ਹੁਣ ਤੁਸੀਂ ਜਦੋਂ ਸਾਡੇ ਸ਼ਿਵਾਲਿਕ ਐਵਨਿਊ ਐਂਟਰ ਕਰਦੇ ਹੋ, ਤੁਸੀਂ ਤਦ ਹੀ ਦੇਖੋ ਕਿ ਇੱਕ ਪੋਲ ਹੈਗਾ ਜਿਹੜਾ ਲੱਗਿਆ ਹੋਇਆ, ਉਹਦੇ ਨਾਲ ਹੀ ਦੂਸਰਾ ਪੋਲ ਲਗਾ ਦਿੱਤਾ ਗਿਆ, ਕਿ ਉਸ ਜਿਹੜਾ ਉਹ ਪੋਲ ਹੈਗਾ ਉਹਦੇ 'ਤੇ LED ਲਾਈਟ ਨਹੀਂ ਜਲਣੀ ਸੀਗੀ, ਉਹ ਐਜ਼ ਇਟ ਇਜ਼ ਇੱਦੀ ਖੜ੍ਹੇ। ਇਹ ਸਭ ਅਨਨੈਸੈਸਰੀ ਖਰਚੇ ਹੈਗੇ ਜਿਹੜੇ ਕੌਂਸਲ ਨੇ ਵਧਾਏ ਹੋਏ ਹੈ। ਤੁਹਾਨੂੰ ਕੀ ਲੱਗਦਾ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਅਜਿਹੇ ਖਰਚੇ ਜੋ ਕਰੋੜਾਂ ਰੁਪਏ ਦਾ ਬਜਟ ਹੈ ਕਰੋੜਾਂ ਦੀ ਫਿਗਰ ਦੇ ਵਿੱਚ ਘਟ ਗਿਆ ਹੈ, ਵੱਡੇ ਖਰਚਿਆਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਗਿਣਾਉਣਾ ਚਾਹੋ? ਸਰ, ਐਕਚੁਅਲੀ ਜਦੋਂ ਸਾਡਾ ਟੈਨਿਓਰ ਸਟਾਰਟ ਹੋਇਆ ਸੀਗਾ, ਤਦ ਜਿਹੜੀ ਮਤਲਬ ਸਟਾਰਟਿੰਗ ਸੀਗਾ ਤਾਂ 87 ਕਰੋੜ 50 ਲੈਕਸ ਦਾ ਬਜਟ ਸੀਗਾ। ਉਸ ਤੋਂ ਬਾਅਦ ਕਿਹੜੇ ਸਨ ਸਰ? 2015-16 ਵਿੱਚ, ਫਿਰ ਉਸ ਤੋਂ ਬਾਅਦ 16-17 ਵਿੱਚ 96 ਕਰੋੜ 21 ਲੈਕਸ ਦਾ ਸੀਗਾ,
ਤੇ 1780 ਵਿੱਚ 94.57 lakhs ਦਾ ਸੀਗਾ ਤੇ ਉਸ ਤੋਂ ਬਾਅਦ 1819 ਚ 108.25 crore ਦਾ ਮੀਨਸ ਤੁਸੀਂ ਦੇਖੋ ਕਿ ਉਹ ਵੱਧਦਾ ਹੀ ਗਿਆ ਨਾ ਕਿ ਘਟਿਆ ਹੈ ਬਟ ਹੁਣ ਦੇਖੋ ਜਦੋਂ ਇਹਨਾਂ ਦਾ ਮਤਲਬ 2019-20 ਵਿੱਚ 108.75 crore ਸਾਡਾ ਬਜਟ ਸੀਗਾ ਤੇ ਉਸ ਤੋਂ ਬਾਅਦ ਸਾਡਾ 2021 ਵਿੱਚ ਮਾਰਚ 9 ਨੂੰ ਸਾਡਾ ਜਿਹੜਾ ਟੈਨਿਓਰ ਸੀਗਾ ਉਹ ਖਤਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਤਾਂ ਮੀਟਿੰਗਸ ਹੀ ਨਹੀਂ ਹੋਈਆਂ ਤੇ ਇਹਨਾਂ ਦਾ ਜਿਹੜਾ ਬਜਟ ਹੈਗਾ ਉਹ ਤਾਂ ਵਧਣਾ ਚਾਹੀਦਾ ਇਹ ਇੰਨਾ ਘੱਟ ਕਿਉਂ ਆਇਆ ਕਿਉਂਕਿ ਅਨਨੈਸੈਸਰੀ ਖਰਚੇ ਜਿਹੜੇ ਹੈਗੇ ਸਾਡੀ ਕੌਂਸਲ ਨੇ ਬਹੁਤ ਵਧਾਏ ਹੋਏ ਮੈਮ ਇੱਕ ਜਾਣਨਾ ਚਾਹਾਂਗੇ ਜੋ ਬਜਟ ਹੈ ਲਗਾਤਾਰ ਵੱਧਦਾ ਜਾ ਰਿਹਾ ਸੀਗਾ ਪਿਛਲੇ ਟਰਮ ਦੀ ਗੱਲ ਕਰੀਏ ਤਾਂ ਸੋਰਸਿਸ ਇਨਕਮ ਸੋਰਸਿਸ ਦੀ ਗੱਲ ਕਰੀਏ ਤਾਂ ਕਿਹੜੇ ਇਨਕਮ ਸੋਰਸਿਸ ਸੀਗੇ ਜਿਹਦੇ ਚੱਲਦੇ ਹੋਏ ਜੋ ਬਜਟ ਆ ਉਹ ਵੱਧਦਾ ਰਿਹਾ ਅਤੇ ਇਸ ਵਾਰ ਕਿਹੜੇ ਕਿਹੜੇ ਖਰਚੇ ਆ ਜਿਹਨਾਂ ਕਰਕੇ ਘੱਟ ਗਿਆ ਐਕਚੁਅਲੀ ਸਰ ਸਾਡੀਆਂ ਮੀਟਿੰਗਸ ਨਹੀਂ ਹੋਈਆਂ ਡਿਵੈਲਪਮੈਂਟ ਇਹਨਾਂ ਨੇ ਐਸ ਸੱਚ ਕੀਤੀ ਨਹੀਂ ਜਿਵੇਂ ਪੇਵਰ ਹੈਗੇ ਉਹਨਾਂ ਨੂੰ ਪੱਟ ਪੱਟ ਕੇ ਹੋਰ ਪੇਵਰਸ ਲਗਾਈ ਗਏ ਇਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਹ ਦੱਸਿਆ ਕਿ ਅਸੀਂ ਬਹੁਤ ਡਿਵੈਲਪਮੈਂਟ ਕਰ ਰਹੀ ਮੇਰੇ ਹਿਸਾਬ ਨਾਲ ਇਹ ਕੋਈ ਡਿਵੈਲਪਮੈਂਟ ਨਹੀਂ ਹੈਗੀ ਕਿ ਤੁਸੀਂ ਠੀਕ ਚੀਜ਼ ਹੈਗੀ ਉਹਨੂੰ ਪੱਟ ਕੇ ਫਿਰ ਤੁਸੀਂ ਨਵੀਂ ਚੀਜ਼ ਲਗਾ ਰਹੇ ਇਹ ਤਾਂ ਅਨਨੈਸੈਸਰੀ ਵੇਸਟੇਜ ਆਫ ਮਨੀ ਹੈ ਕੀ ਕੀਤਾ ਜਾ ਸਕਦਾ ਇਸ ਤਰ੍ਹਾਂ ਜੇ ਵੇਸਟ ਆਫ ਮਨੀ ਹੁੰਦੀ ਰਹੇਗੀ ਤਾਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਇਸੇ ਤਰ੍ਹਾਂ ਜੇ ਬਜਟ ਘਟਦਾ ਜਾਏਗਾ ਤਾਂ ਸ਼ਹਿਰ ਕਿੱਥੇ ਜਾਏਗਾ ਸਰ ਐਕਚੁਅਲੀ ਮੈਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਇਹ ਥੋੜ੍ਹਾ ਵਾਚ ਰੱਖਣ ਆਰਟੀਆਈਜ਼ ਜਿਹੜੀਆਂ ਹੈਗੀਆਂ ਇਹਨਾਂ ਦਾ ਵੀ ਹੱਕ ਹੈਗਾ ਕਿ ਆਰਟੀਆਈਜ਼ ਦੇ ਪੁੱਛਣ ਇਹਨਾਂ ਨੂੰ ਪੁੱਛਣ ਕਿ ਸਾਡੇ ਇੰਨੇ ਪੈਸੇ ਜਿਹੜੇ ਸੀਗੇ ਸਾਡੇ ਉਹ ਕਿੱਥੇ ਗਏ ਇਹ ਸਭ ਸਾਡੀ ਪਬਲਿਕ ਦਾ ਵੀ ਹੱਕ ਹੈਗਾ ਨਾ ਕਿ ਇੱਕ ਬੰਦਾ ਹੀ ਇਹ ਚੀਜ਼ ਜਿਹੜੀ ਇੱਥੇ ਕਰਪਸ਼ਨ ਹੋ ਰਹੀ ਹੈ ਜਾਂ ਜਿਹੜਾ ਸਾਡਾ ਬਜਟ ਘੱਟ ਰਿਹਾ ਉਹ ਇੱਕ ਪਰਸਨ ਦੀ ਲੜਾਈ ਲੜਨ ਨਾਲ ਇਹ ਚੀਜ਼ ਨਹੀਂ ਆਉਣੀ ਸਾਹਮਣੇ ਜਦ ਤੱਕ ਤੁਸੀਂ ਜਾਗਰੂਕ ਨਹੀਂ ਹੋਵੋਗੇ ਮੈਂ ਤਾਂ ਨੰਗਲ ਦੀ ਸਭ ਪਬਲਿਕ ਨੂੰ ਕਹੂੰਗੀ ਕਿ ਤੁਹਾਨੂੰ ਵੀ ਅਵੇਅਰ ਹੋਣਾ ਪਏਗਾ ਸੋ ਦੈਟ ਸਾਡੀ ਜਿਹੜੇ ਪੈਸੇ ਹੈਗੇ ਸਾਡੇ ਸ਼ਹਿਰ ਨੂੰ ਵਸਾਇਆ ਜਾ ਸਕੇ ਨਾ ਕਿ ਉਜਾੜਿਆ ਜਾ ਸਕੇ ਜਾਣਨਾ ਚਾਹਾਂਗੇ ਜਦੋਂ ਤੁਸੀਂ ਗਏ ਸੀਗੇ ਇੱਕ ਅੱਛਾ ਬਜਟ ਜੇ ਅਸੀਂ ਗੱਲ ਕਰੀਏ ਨੀਅਰ ਅਬਾਊਟ 108 to 10 crore ਦਾ ਬਜਟ ਛੱਡ ਕੇ ਗਏ ਹੁਣ ਜੋ ਬਜਟ ਹੈ ਲਗਾਤਾਰ ਘਟਦਾ ਜਾ ਰਿਹਾ ਘੱਟ ਹੀ ਗਿਆ ਜੋ ਇਸ ਵਾਰ ਬਜਟ ਪੇਸ਼ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਸਰ ਐਕਚੁਅਲੀ ਮੈਂ ਕਹਿਣਾ ਚਾਹਾਂਗੀ ਕਿ ਸਾਲ ਭਰ ਤਾਂ ਦੇਖੋ ਕੋਵਿਡ ਹੀ ਰਿਹਾ ਉਹ ਸਾਰਾ ਜਿਹੜਾ ਕਮਾਨ ਹੈਗਾ ਉਹ ਐਡਮਿਨਿਸਟ੍ਰੇਟਰ ਦੇ ਅੰਡਰ ਸੀਗਾ ਅਤੇ ਐਡਮਿਨਿਸਟ੍ਰੇਟਰ ਦੇ ਅੰਡਰ ਆਉਣ ਤੋਂ ਬਾਅਦ ਹੀ ਸਾਡਾ ਜਿਹੜਾ ਬਜਟ ਹੈ ਉਹ ਘਟਦਾ ਗਿਆ ਮੀਨਸ ਉਹਨਾਂ ਨੇ ਅਨਨੈਸੈਸਰੀ ਖਰਚੇ ਜਿਹੜੇ ਹੈਗੇ ਉਹ ਕੀਤੇ ਹੈ ਜਿਵੇਂ ਕਿ ਸਰ ਦੇਖਿਆ ਜਾਵੇ ਕਿ ਜਿਵੇਂ ਇਹਨਾਂ ਨੇ ਇਨੋਵਾਸ ਲਈਆਂ ਠੀਕ ਹੈ ਇਹਨਾਂ ਨੇ 3 ਇਨੋਵਾਸ ਜਿਹੜੀਆਂ ਹੈਗੀਆਂ ਤਕਰੀਬਨ 70 lakhs ਦੇ ਰਾਊਂਡ ਅਬਾਊਟ ਉਹ ਇਹਨਾਂ ਨੇ ਲਈਆਂ ਜੋ ਕਿ ਸਾਡੇ ਜਿਹੜੇ PCS IAS ਆਫਿਸਰਸ ਹੁੰਦੇ ਉਹਨਾਂ ਨੂੰ ਇਹ ਲੋਟ ਹੁੰਦੀਆਂ ਹੈਗੀਆਂ ਹਾਲਾਂਕਿ ਸਾਡੇ ਜਿਹੜੇ SDMs ਹੈਗੇ ਉਹ ਇੱਕ ਬਲੈਰੋ ਵਿੱਚ ਆਉਂਦੇ ਸਰ ਐਕਚੁਅਲੀ ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਹੈਗੀ ਜਿਹੜੇ ਸਾਡੇ GM ਸਾਹਿਬ NFL ਦੇ ਹੈਗੇ ਔਰ ਸਾਡੇ ਸੀਨੀਅਰ ਆਫਿਸਰਸ ਸਾਡੇ BBMB ਦੇ ਹੈਗੇ ਉਹਨਾਂ ਸਭ ਕੋਲ ਮੇਰੇ ਖਿਆਲ 'ਚ 10 lakh ਦੀਆਂ ਗੱਡੀਆਂ ਹੈਗੀਆਂ ਜਿਹਦੇ ਵਿੱਚ ਉਹ ਆਪਣਾ ਸਾਰਾ ਮਤਲਬ ਆਫੀਸ਼ੀਅਲ ਵਰਕ ਕਰਦੇ ਬਟ ਸਾਡੇ ਆਫੀਸਰਸ ਨੂੰ ਇੱਦਾਂ ਦੀ ਕੀ ਜ਼ਰੂਰਤ ਪੈ ਗਈ ਜਿਹੜੀ ਇਹਨਾਂ ਨੇ ਇਨੋਵਾ ਪਰਚੇਜ਼ ਕੀਤੀਆਂ ਸਰ ਐਕਚੁਅਲੀ ਸਾਡਾ ਛੋਟਾ ਜਿਹਾ ਸ਼ਹਿਰ ਹੈਗਾ ਜਿਹੜੀਆਂ ਇਹਨਾਂ ਕੋਲ ਪਹਿਲੇ ਗੱਡੀਆਂ ਸੀਗੀਆਂ ਉਹ ਵੀ ਯੂਟੀਲਾਈਜ਼ ਕੀਤੀਆਂ ਜਾ ਸਕਦੀਆਂ ਸੀਗੀਆਂ ਬਟ ਇਹ ਜਸਟ ਫੋਰ ਦਾ ਸੇਕ ਆਫ ਇੰਜੋਇਮੈਂਟ ਇਹਨਾਂ ਨੇ ਪਰਚੇਜ਼ ਕੀਤੀਆਂ ਹੈਗੀਆਂ ਹੋਰ ਤਾਂ ਕੋਈ ਰੀਜ਼ਨ ਨਹੀਂ ਹੈਗਾ ਇਹਦੇ ਪਿੱਛੇ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਜੋ ਚੇਅਰਮੈਨ ਆ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀ ਕਿ ਜੋ ਬਜਟ ਹੈ ਕੌਂਸਲ ਦਾ ਲਗਾਤਾਰ ਘਟਦਾ ਜਾ ਰਿਹਾ ਇਸ ਵਾਰ 92 crore ਦੇ ਕਰੀਬ ਦਾ ਬਜਟ ਰਹਿ ਗਿਆ ਹੈ 18 to 20 crore ਦਾ ਜੋ ਬਜਟ ਉਹ ਘਟ ਗਿਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਸਾਫ਼ ਬੋਲਿਆ ਕਿ ਐਡਮਿਨਿਸਟ੍ਰੇਟਰ ਲੱਗਿਆ ਹੋਇਆ ਹੈ ਉਸਨੇ ਬਜਟ ਬਣਾਇਆ ਹੈ ਅਸੀਂ ਬਜਟ ਨਹੀਂ ਬਣਾਇਆ ਸਾਨੂੰ ਇਸ ਬਾਰੇ ਨਹੀਂ ਪਤਾ ਅਜਿਹਾ ਕਹਿ ਕੇ ਉਹਨਾਂ ਨੇ ਪੱਲਾ ਝਾੜ ਦਿੱਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਇੱਕ ਐਡਮਿਨਿਸਟ੍ਰੇਟਰ ਹੈ ਉਹ ਅਜਿਹਾ ਬਜਟ ਕਿਵੇਂ ਪਾਸ ਕਰ ਸਕਦਾ ਹੈ ਕੀ ਬਜਟ ਘਟਿਆ ਹੈ ਤਾਂ ਚੇਅਰਮੈਨ ਜਾਂ ਹੋਰ ਜੋ ਕੌਂਸਲਰ ਹੈ ਕੀ ਕਰ ਸਕਦੇ ਸਰ ਐਕਚੁਅਲੀ ਪਹਿਲੇ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਵਾਂਗੀ ਸਾਨੀ ਸਾਹਿਬ ਨੂੰ ਚੇਅਰਮੈਨ ਬਣਨ 'ਤੇ ਅਨੀਤਾ ਮੈਡਮ ਨੂੰ ਵਾਈਸ ਚੇਅਰਮੈਨ ਬਣਨ 'ਤੇ ਔਰ ਮੈਂ ਇਹ ਵੀ ਆਸ ਕਰਾਂਗੀ ਕਿ ਉਹ ਆਪਣੇ ਸ਼ਹਿਰ ਲਈ ਲੜਨਗੇ ਮਤਲਬ ਆਪਣੇ ਸ਼ਹਿਰ ਲਈ ਕੁਝ ਸੋਚਣਗੇ ਨਾ ਕਿ ਉਹ ਇਹ ਚੀਜ਼ ਕਹਿਣਗੇ ਕਿ ਅਸੀਂ ਦੇਖਾਂਗੇ ਮੀਨਸ ਮੈਂ ਵੀ ਇਹ ਸੁਣਿਆ ਸੀਗਾ ਜਦੋਂ ਤੁਸੀਂ ਉਹਨਾਂ ਤੋਂ ਇਹ ਕੁਐਸਚਨ ਕੀਤਾ ਸੀਗਾ ਬਟ ਉਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ ਕਿ ਅਸੀਂ ਦੇਖਾਂਗੇ ਬਿਕੋਜ਼ ਉਹਨਾਂ ਨੂੰ ਇੰਸਟੈਂਟ ਇਹ ਚੀਜ਼ ਦਾ ਤੁਹਾਨੂੰ ਆਨਸਰ ਦੇਣਾ ਚਾਹੀਦਾ ਸੀਗਾ ਕਿ ਹਾਂ ਅਸੀਂ ਇਸ ਚੀਜ਼ 'ਤੇ ਗੌਰ ਕਰਾਂਗੇ ਔਰ ਇਸ ਚੀਜ਼ ਨੂੰ ਅਸੀਂ ਘਟਣ ਨਹੀਂ ਦੇਵਾਂਗੇ ਅਸੀਂ ਆਪਣੇ ਲੈਵਲ 'ਤੇ ਇਹਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ
जे इसी तरह साडा कौंसल दा बजट जिहड़ा हैगा उह घटदा रहा तां साडे मतलब कौंसल दे इंप्लॉइज़ नूं पेमेंट देण लई वी पैसे नहीं होगे। और जिहड़ा तुहाडे जिद्दां तुसीं उहनां नूं क्वेश्चन पुछिआ सीगा अपने कौंसलर्स नूं कि अपने सानी साहब नूं ते अनीता मैडम नूं कि साडा की रीज़न रहा, सो इह मैं तां इही सोचदी कि इहनां दी सरकार रही और जदों एडमिनिस्ट्रेटर भी लग्गिआ तां इहनां दी ही सरकार सीगा, तो इन्हां नूं एक क्वेश्चन राइज करना चाहिए कि जिहड़े साडे पैसे सीगे जिहड़ा साडा बजट सीगा वह क्यों कटिया। मैं एक गल होर जदों कोविड विच एक लैटर लिखी सी गवर्नमेंट नूं भी कि और मैं रिक्वेस्ट की सी कौंसल च भी कि एक एजेंडा पाया जाए जिस विच लोकां दे बिजली दे बिल पानी दे और सीवरेज दे बिल जिहड़े हैगे वह माफ़ किए जाण, ते जिहड़ा कि साडे कौंसल वल्लों स्कूल चलाया जा रहा उत्थे फीस माफ़ की जाए। सो वह एजेंडा इन्हां ने अज तक मेरे ख्याल च नहीं लैके आंदा, उहदे विच की होना सीगा 2 करोड़ तक दा ही बर्डन जिहड़ा हैगा साडी कौंसल ते पैणा सीगा, बट साडे आम जिहड़े लोग हैगे साडे नंगल दे उहनां नूं थोड़ी रिलैक्सेशन मिलनी सीगी, बट इस चीज़ ते इन्हां दा बिल्कुल भी ध्यान नहीं हैगा। जे असी गल करिए कौंसल बन चुकी है तो कौंसल दे विच मीडिया की एंट्री उत्ते बैन लग्या रहा हमेशा ही। जे असी गल करिए इलेक्शन तो पहला जो भी कौंसलर जित गया असी सारियां नूं पुछिया सी कि जे तुहाडी कौंसल बनदी है मीडिया की एंट्री होएगी, तो जदों मीडिया वालों उस दिन क्वेश्चन पुछया गया जिस दिन चेयरमैन की नियुक्ति हुई तो उन्होंने बोलिया कि असी सलाह करके देखांगे, जबकि मेजोरिटी दे विच उन्हां दी कौंसल है। तुसीं किवें देखदे हो कि उन्हां दा जो जवाब है किवें दा सी? सर एक्चुअली जदों मैं भी एजिटेशन की सी कि हाँ जड़ी प्रेस दी एंट्री है वो होनी चाहिए है कौंसल दी मीटिंग्स, तदों कांग्रेस दे सारे कौंसलर्स ने मेरा साथ दिता सीगा और हुण तां उन्हां दी मेजोरिटी हैगी 15-16 कौंसलर्स उन्हां दे अपने हैगे, सो हुण तां उन्हां नूं तुहानूं अलाउ करना चाहिए अपनी प्रेस नूं क्योंकि जड़ी पारदर्शिता हैगी जड़ी क्लैरिटी हैगी साडे कौंसलर्स जड़े असी नियुक्त किए हुए असी चुने हैं वो साडे लई की कर रहे मीटिंग च जाके साडे हक लई साडे शहर लई की लड़ाई लड़ रहे, ये सारा जिहड़ा हैगा जे साडी प्रेस नू एंट्री जिहड़ी हैगी अलाउ की जाएगी तां ही लोकां नू पता लगेगा, अदरवाइज तां ये सारा फिर वही चीज़ रह जानी कि प्रेस बाहर रहेगी और अंदर कुछ भी हुंदा रहेगा। उन्हां दा गोलमाल जवाब सीगा उसदा की तुसीं देखदे हो कि हो पाएगी एंट्री? सर मैं तो उन्हां नूं यही रिक्वेस्ट करूँगी कि उन्हां नूं करानी चाहिए एंट्री सो दैट सारियां नूं क्लैरिटी होवे कि हाँ साडे जिहड़े कौंसलर्स असी चुन के भेजे हैगे वो साडे हक की लड़ाई लड़ रहे और साडे शहर की लड़ाई लड़ रहे। तो ये सीगे साडे नाल मैडम शिवानी जसवाल जो कि एक्स कौंसलर ने, तो इन्हां नाल जिवें असी गलबात की है कि जो नगर कौंसल नंगल का बजट है इस बार घट के 92 करोड़ रह गया है, इसके पिछे की कारण है, इन्हां दी की सोच है? ਜਿਵੇਂ ਕਿ ਇਹਨਾਂ ਨੇ ਸਾਰਾ ਆਪਣਾ ਜੋ ਇਹਨਾਂ ਦਾ ਵਿਊ ਸੀਗਾ ਉਹ ਸਾਡੇ ਨਾਲ ਸ਼ੇਅਰ ਕੀਤਾ। ਇਸੇ ਤਰ੍ਹਾਂ ਹੋਰ ਕੌਂਸਲਰ ਨਾਲ ਵੀ ਗੱਲ ਕਰਾਂਗੇ ਕਿ ਜੋ ਨੰਗਲ ਦਾ ਬਜਟ ਹੈ ਲਗਾਤਾਰ ਘਟਦਾ ਜਾ ਰਿਹਾ, ਇਸ ਬਾਰੇ ਉਹਨਾਂ ਦੇ ਕੀ ਵਿਚਾਰ ਨੇ? ਅਤੇ ਦੂਸਰੀ ਗੱਲ ਜੋ ਮੀਡੀਆ ਦੀ ਐਂਟਰੀ ਬਾਰੇ, ਨਗਰ ਕੌਂਸਲ ਜੋ ਬਣ ਗਈ ਹੈ ਚੇਅਰਮੈਨ ਬਣ ਗਏ ਨੇ ਕੌਂਸਲਰ ਬਣ ਗਏ ਨੇ, ਉਹਨਾਂ ਦਾ ਜਵਾਬ ਕੀ ਹੈ ਉਸ ਦੇ ਬਾਰੇ ਇਹਨਾਂ ਦੇ ਕੀ ਵਿਊ ਨੇ ਉਹ ਵੀ ਅਸੀਂ ਤੋਂ ਆਪਣੇ ਦਰਸ਼ਕਾਂ ਤੱਕ ਪਹੁੰਚਾਇਆ। ਫਿਲਹਾਲ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਕਿ ਜੋ ਨਗਰ ਕੌਂਸਲ ਨੰਗਲ ਦਾ ਬਜਟ ਹੈ ਕੀ 92 करोड़ तो अगले साल बढ़ेगा या फिर घटेगा। फिलहाल अपने साथी अविनाश के नाल रिकेश राणा पंजाब टीवी।